ਮੈਂ ਜਵਾਬ ਦਿੰਦਾ ਕਿਉਂਕਿ ਮੈਂ ਸਟੂਡੀਓ 'ਚ ਬਹਿ ਕੇ ਦੇਖਦਾ ਕਰਨ ਨੂੰ ਲਿਖਦਾ ਜਾਂ ਸਾਰੀ ਟੀਮ ਦੇਖਦੀ ਹੈ ਕਰਨ ਲਿਖ ਕਿਵੇਂ ਲਿਖਦਾ ਗੀਤਾਂ ਦੀ ਮਸ਼ੀਨ ਆ ਤਾਂ ਲਿਖਿਆ ਕਿਉਂਕਿ ਮਿੰਟੋ ਮਿੰਟ ਗਾਣਾ ਕੰਪਲੀਟ ਹੋ ਜਾਂਦਾ ਬਾਈ ਨਹੀਂ ਰੱਖਿਆ ਜੀ ਹਰੇਕ ਆਰਟਿਸਟ ਦਾ ਅਲੱਗ ਅਲੱਗ ਫਾਰਮੂਲਾ ਹੁੰਦਾ ਵੀ ਗਾਣਾ ਕਿਵੇਂ ਕੋਈ ਕਹਿੰਦਾ ਵੀ ਮੈਂ ਹਜੇ ਦੋ ਦਿਨ ਬਾਅਦ ਆਊਂਗਾ ਮੈਂ ਸੋਚ ਕੇ ਗਾਣਾ ਲਿਖੂੰਗਾ ਕੋਈ ਕਹਿੰਦਾ ਵੀ ਹਜੇ ਮੈਂ ਕੋਈ ਮੂਵੀ ਮਾਵੀ ਦੇਖ ਕੇ ਫਿਰ ਗਾਣਾ ਲਿਖੂੰਗਾ ਹਰੇਕ ਬੰਦੇ ਦਾ ਆਪਦਾ ਫੀਲ ਕਰਨਾ ਬਹਿ ਕੇ ਸਟੂਡੀਓ 'ਚ ਮਿੰਟੋ ਮਿੰਟ ਗਾਣਾ ਕੰਪਲੀਟ ਕਰ ਦਿੰਦਾ ਡੇਟ ਲੱਗੀ ਸਟੂਡੀਓ 'ਚ ਨਾ ਦੇ ਨਾਲ ਗਾਣਾ ਲਿਖ ਲਿਆ ਅਤੇ 15-20 ਮਿੰਟਾਂ ਦੇ ਵਿੱਚ ਤਾਂ ਫਿਰ ਉਹ ਅਸੀਂ ਉੱਦੀ ਨਾਮ ਗੀਤਾਂ ਦੀ ਜਿੰਨੇ ਹਾਂ ਜਿੰਨੇ ਗਾਣੇ ਆਏ ਵੀਰੇ ਸਾਰੇ ਸਟੂਡੀਓ 'ਚ ਬਹਿ ਕੇ ਲਿਖਿਆ ਸੀ ਇਕੱਠਿਆਂ ਨੇ ਲਿਖਿਆ ਮੈਂ ਕੋਈ ਇਕੱਲੇ ਨੇ ਕਈ ਕਹਿੰਦੇ ਵੀ ਨਹਿਰ ਦੇ ਕਿਨਾਰੇ ਬਹਿ ਗਏ ਕੋਈ ਕੋਈ ਉਹ ਸੀ ਨਹੀਂ ਹੈਗਾ ਸਾਰੇ ਇਕੱਠੇ ਬੈਠੇ ਹੁੰਦੇ ਆ ਸਾਰੇ ਵਧੀਆ ਬੈਠੇ ਹੁੰਦੇ ਆ ਹਰੇਕ ਬੰਦੇ ਦਾ ਆਪਦਾ ਆਪਦਾ ਉਹ ਹੁੰਦਾ ਨਾ ਬਟ ਵੀਰੇ ਹਰੇਕ ਬੰਦੇ ਸਲਾਹ ਹੁੰਦੀ ਆ ਮੈਂ ਲਿਖ ਰਿਹਾ ਜੇ ਮੈਨੂੰ ਇਕੱਲਾ ਨਹੀਂ ਬਦਲ ਗਿਆ ਮੈਂ ਸਾਰੇ ਪੁੱਛਿਆ ਵਧੀਆ ਕਰ ਦਿੰਦਾ ਡੇਟ ਲੱਗੀ ਸਟੂਡੀਓ 'ਚ ਨਾ ਦੇ ਨਾਲ ਗਾਣਾ ਲਿਖ ਲਿਆ ਅਤੇ 15-20 ਮਿੰਟਾਂ ਦੇ ਵਿੱਚ ਤਾਂ ਫਿਰ ਉਹ ਅਸੀਂ ਉੱਦੀ ਨਾਮ ਗੀਤਾਂ ਦੀ ਜਿੰਨੇ ਹਾਂ ਜਿੰਨੇ ਗਾਣੇ ਆਏ ਵੀਰੇ ਸਾਰੇ ਸਟੂਡੀਓ 'ਚ ਬਹਿ ਕੇ ਲਿਖਿਆ ਸੀ ਇਕੱਠਿਆਂ ਨੇ ਲਿਖਿਆ ਮੈਂ ਕੋਈ ਇਕੱਲੇ ਨੇ ਕਈ ਕਹਿੰਦੇ ਵੀ ਨਹਿਰ ਦੇ ਕਿਨਾਰੇ ਬਹਿ ਗਏ ਕੋਈ ਕੋਈ ਉਹ ਸੀ ਨਹੀਂ ਹੈਗਾ ਸਾਰੇ ਇਕੱਠੇ ਬੈਠੇ ਹੁੰਦੇ ਆ ਸਾਰੇ ਵਧੀਆ ਬੈਠੇ ਹੁੰਦੇ ਆ ਹਰੇਕ ਬੰਦੇ ਦਾ ਆਪਦਾ ਆਪਦਾ ਉਹ ਹੁੰਦਾ ਨਾ ਬਟ ਵੀਰੇ ਹਰੇਕ ਬੰਦੇ ਸਲਾਹ ਹੁੰਦੀ ਆ ਮੈਂ ਲਿਖ ਰਿਹਾ ਜੇ ਮੈਨੂੰ ਇਕੱਲਾ ਨਹੀਂ ਬਦਲ ਗਿਆ ਮੈਂ ਸਾਰੇ ਪੁੱਛਿਆ ਵਧੀਆ ਦੋਸਤੋ ਹੁਣ ਤੁਸੀਂ ਕਰਨ ਔਜਲੇ ਦੇ ਫੈਨ ਜੋ ਅਤੇ ਕਮੈਂਟਾਂ ਦੇ ਵਿੱਚ ਕਰਨ ਔਜਲਾ ਗੀਤਾਂ ਦੀ ਮਸ਼ੀਨ ਲਾਜ਼ਮੀ ਲਿਖੋ ਅਤੇ ਇਹੋ ਜਿਹੀਆਂ ਪੰਜਾਬੀ ਇੰਡਸਟਰੀ ਨਾਲ ਜੁੜੀਆਂ ਤੇਜ਼ ਤਰੀਨ ਖਬਰਾਂ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਅਤੇ ਇੱਦਾਂ ਹੀ ਪਿਆਰ ਬਣਾਈ ਰੱਖੋ ਮਿਲਦੀਆਂ ਦੋਸਤੋ ਇੱਕ ਨਵੀਂ ਵੀਡੀਓ ਨਾਲ ਥੈਂਕ ਯੂ ਸੋ ਮੱਚ